ਸੀਮਾ ਜੀ ਹੁਣ ਅਸੀਂ ਇੱਕ ਸੀਨ ਲਿਆ ਕੱਢ ਤੇ ਹੁਣ ਅਗਲਾ ਸੀਨ ਕੱਢਣ ਗਏ ਆ। ਪਹਿਲਾਂ ਪ੍ਰੀਤ ਭੈਣ ਦੀ ਹਿੰਮਤ ਬਹੁਤ ਵੱਡੀ ਆ, ਮੈਂ ਟਾਈਮ ਦਿਖਾ ਕੇ ਆਈ ਆ ਵੀ ਤਾਰ ਖਰਾਬ ਹੋ ਗਈ ਸੀ ਵਿਚਾਰੀ, ਪਾਤੜਾਂ ਗਈ ਆ, ਪਾਤੜਾਂ ਤੋਂ ਜਾ ਕੇ ਉਹ ਇੱਕ ਨਿੱਕੀ ਜੀ ਤਾਰ ਆ ਜਿਹੜੀ ਖਰਾਬ ਹੋਈ ਲੈ ਕੇ ਆਉਂਦੀ ਆ, ਸੈੱਟ ਹੋ ਗਈ, ਹੁਣ ਸੈੱਟ ਹੋਇਆ ਜੀ ਕੰਮ। ਅੱਛਾ ਤਾਰ ਹੀ ਚੱਲ ਪਈ, ਨਵੀਂ ਵੀ ਲਿਆਏ, ਚੱਲ ਬੁਰਗੇੜਾ ਤਾਂ ਗਈ ਸੀਗੀ ਹਨਾ, ਜਾਮਣਾ ਖਾਣੀਆਂ ਖਾ ਸਕਦੇ ਹੋ, ਜਾਮਣਾ ਜਿਹਨੇ ਖਾਣੀਆਂ ਖਾ ਸਕਦੇ ਹੋ, ਸਾਡੇ ਵੀ ਖੇਤ ਇੱਧਰ ਸਾ ਬਾਪੂ ਜੀ ਹੁਣੇ ਬੜੇ ਚੰਗੇ ਆ ਵਿਚਾਰੇ, ਜਾਮਣਾ ਨਾਲ ਚੱਕਦੇ। ਲਓ ਜੀ ਇੱਧਰ ਭਾਜੀ ਕੰਮ ਕਰਾਂਗੇ। ਹੋਰ ਫਿਰ ਤੁਸੀਂ ਕਿੱਥੇ ਚੱਲੇ ਹੁਣ? ਅਸੀਂ ਭਾਈ ਸੀਨ ਕੱਢ ਕੇ ਆ ਗਏ। ਸੀਨ ਕੱਢ ਕੇ ਆ ਗਏ, ਹਾਂ ਠੀਕ ਆ। ਕਿੱਥੋਂ ਆਏ ਤੁਸੀਂ ਜੀ? ਅਸੀਂ ਨਮੋਲ ਤੋਂ ਭਾਈ ਮਿਰਜ਼ਾਪੁਰ ਤੋਂ ਆ ਸੀ। ਅੱਛਾ, ਸਨਾਮ ਕੋਲੋਂ? ਇਹ ਸਾਡੀ ਪਾਰਟੀ ਦਾ ਬੰਦਾ ਹੈ। ਅੱਛਾ 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 ਠੀਕ ਆ, ਸਾਡੀ ਪਾਰਟੀ ਦਾ ਬੰਦਾ ਹੈ। ਉਹ ਸਾਡੀ ਵੀ ਉਹ ਪਾਰਟੀ ਆ, ਮੈਂ ਬਹੁਤ ਟਾਈਮ ਗਈ ਆ ਬਾਈ ਜੱਟ ਸੌਦੇ ਵਾਲਿਆਂ ਦੇ, ਬੜੇ ਪਿਆਰੇ ਮੁੰਡੇ ਨੇ, ਬਹੁਤ ਘੈਂਟ ਮੁੰਡੇ ਨੇ, ਆਹ ਦੇਖ। ਹਾਂ ਇਹ ਦੂਜੀ ਪਾਰਟੀ ਚ ਹੈ, ਮਿਰਜ਼ਾਪੁਰ ਵਾਲੀ ਚ। ਚਲੋ ਪਾ, ਚਲੋ ਕੋਈ ਨਹੀਂ, ਆਪਣੇ ਹੀ ਨੇ ਸਾਰੇ। ਦੇਤੇ ਉਹਨਾਂ ਨੂੰ ਮਾਈਕ, ਮੈਂ ਇੱਕ ਸਾਡਾ ਭਰਾ ਵਿਚਾਰਾ ਦੇ, ਇਹ ਬਾਪੂ ਜੀ ਸਾਡਾ ਕੱਪੜੇ ਬਦਲ ਕੇ ਗਿਆ ਫਿਰ ਮਾਈਕ ਲੈਣ, ਹਜੇ ਦਾੜੀ ਬਾਪੂ ਜੀ ਦੀ ਚਿੱਟੀ ਪਈ ਆ। ਬਾਪੂ ਜੀ ਤੁਸੀਂ ਦਾੜੀ ਚਿੱਟੀ ਰੱਖੀ ਬੈਠੇ ਹੋ, ਆਈ ਵਾ ਕਿਆ ਉੱਥੇ ਮਾਈਕ ਲੈਣ ਪਾਤੜਾ? ਵਾਹਿਗੁਰੂ ਵਾਹਿਗੁਰੂ, ਝਾਕਣ ਵੀ ਲੋਕ ਤਾਂ ਕਾਲੀਆਂ ਦਾੜੀਆਂ ਕਰਦੇ ਨੇ, ਇਹ ਚਿੱਟੀ ਕਰੀ ਗਿਆ ਟ੍ਰੈਂਡ ਆ ਇਹ ਬਾਪੂ ਜੀ। ਬਾਪੂ ਜੀ ਦਾ ਟ੍ਰੈਂਡ ਦੇਖੋ, ਤੇਰਾ ਪਤਾ ਹੋ ਜੇ ਪੈਰਾਂ 'ਚ, ਤੇਰੇ ਰੰਗ ਨਿਆਰੇ ਮਾਲਕਾ, ਤੇਰੇ ਰੰਗ ਨਿਆਰੇ, ਇਹ ਤਾਂ ਉਹ ਗੱਲ ਹੈ ਹੈਂ, ਮਾਲਕ ਦੇ ਰੰਗ ਨਿਆਰੇ ਨਹੀਂ ਭਾਈ, ਕੁਛ ਵੀ ਹੋ ਸਕਦਾ। ਨਹੀਂ ਭਾਈ, ਮਾਲਕ ਸਾਰਿਆਂ ਨੂੰ ਤਰੱਕੀ ਬਖਸ਼ੋ, ਤੁਸੀਂ ਬਹੁਤ ਹਿੰਮਤੀ ਮੁੰਡੇ ਹੋ ਸਾਰੇ ਸੱਚੀ। ਜੇ ਕੋਈ ਹੁੰਦਾ ਹੋਰ ਨਾ, ਉਹਨਾਂ ਨੇ ਇਹ ਕਹਿ ਦੇਣਾ ਸੀ ਬਾਈ ਕੱਲ ਨੂੰ ਕਰ ਲਿਓ ਸ਼ੂਟ, ਪਹਿਲਾਂ ਤਾਰ ਦਾ ਇੰਤਜ਼ਾਮ ਕਰ ਲਓ, ਇਹ ਤਾਂ ਇਹੀ ਹਿੰਮਤੀ ਸੀ ਜਿਹੜਾ ਭੱਜ ਕੇ ਬਾਗਿਆ ਨਾਲ, ਸੀਰੀਅਸਲੀ ਹਿੰਮਤ ਤੇ ਮਰਦ ਮਰਦੇ ਖੜਾ, ਸਹੀ ਗੱਲ ਆ ਫਿਰ ਤੇਰੀ ਹਿੰਮਤ ਆ ਭਾਈ। ਲਓ ਜੀ ਹੁਣ ਸਾਡੇ ਇੱਕ ਦੋ ਤਿੰਨ ਆ ਜਾਓ, ਮੇਰੇ ਤਾਂ ਬਾਰੇ ਨਿਆਰੇ ਹੋ ਜਾਣ, ਇਹਨਾਂ ਦੇ ਪੱਕਾ ਕੋਈ ਕੰਮ ਕਰਨ ਆਇਆ ਹੋਣਾ, ਪਰ ਕੀ ਕੰਮ ਆਇਆ, ਪਰ ਤੁਸੀਂ ਲੰਘੇ ਨਾ ਹਨਾ, ਹੋਰ ਕਿਵੇਂ ਕਹੋ ਤੁਸੀਂ ਦੀ ਹੈ ਤਾਂ ਦੱਸੋ, ਪਹਿਲਾਂ ਇਹ ਆਉਣਗੇ। ਮਾਂ ਦੀ ਜਾਮਣਾ ਗਿੜਕ ਮੂੰਹ ਚ ਪਾਈ ਫਿਰਦੀ ਆ, ਬੋਲੀ ਸੀਨ ਜਾਂਦੀ ਆ, ਲੈ ਦੇਖ ਲੈ ਮੈਂ ਇਹਦੇ ਜਾਮਣਾ ਕਿਤੇ ਇਹਦੇ ਚ ਤਾਂ ਨਹੀਂ ਡੋਲਨੀ ਜੀ ਚ, ਮੈਂ ਦੱਸੇ ਚੋ ਕਿਧਰੋਂ ਬੋਕ ਦਾ ਦੁੱਧ ਪਾ ਕੇ ਦੇਦਾ, ਤੈਨੂੰ ਕਹਿੰਦੀ ਖਾਲੀ ਲਈ ਫਿਰਦੀ ਆ, ਕਦੇ ਨੀ ਮੈਂ ਖਾਲੀ ਮੁੜੀ ਦੀ ਲੱਸੀ ਦਾ ਡੋਲੂ ਨਾ ਭਰਿਆ ਭਰਾਇਆ ਰਹਿੰਦਾ ਸੀਗਾ, ਕਮਾਰਾ ਹੁੰਦਾ ਸੀ, ਆ ਕਿੱਥੋਂ ਬਾਂਸ ਲਿਆ ਕੇ ਗੱਡ ਤਾ ਇੱਥੇ, ਜਾਂ ਕੰਮ ਕਰ ਦੂੰਗਾ।
ਹੁਣ ਕਾਹਨੂੰ ਬੋਲੇਗਾ ਤੂੰ, ਪਹਿਲੇ ਹੀ ਤੀ ਜਿਹੜਾ ਬੋਲਦਾ ਹੁੰਦਾ ਤੀ ਸਿੱਧੇ ਮੂੰਹ, ਹੁਣ ਤਾਂ ਡਰਦਾ ਉਹ ਤੋਂ, ਜੋਰੂ ਦਾ ਗੁਲਾਮ ਹੋ ਰਿਹਾ ਨਾ। ਤੂੰ ਜਾ ਜਾ ਕੰਮ ਕਰ ਕੰਮ। ਆਈ ਨਹੀਂ ਪਤਾ ਕਿਹੜੇ ਕੰਮ ਹੁੰਦੇ ਤੂੰ ਨਿਕਲਿਆ ਵੇ ਉਹ ਡਾਂਗ ਚੱਕ ਕੇ, ਤਾਂ ਹੀ ਤਾਂ ਇਹ ਭੱਜਿਆ ਫਿਰਦਾਗਾ। ਦੇਖ ਦੇਖ ਸੱਚੀ ਗੱਲ ਕਹਿੰਦੇ ਨੇ ਲੋਕ ਵੀ ਤੀਵੀਂ ਆਏ ਤੋਂ ਨਾ ਬੰਦਾ ਹੋਰੇ ਕੁਛ ਬਣ ਜਾਂਦਾ। ਆਹ ਦੇਖ ਲੈ ਕਿਵੇਂ ਜਾਂਦਾ ਨੀਵੀਂ ਪਾਈ ਅੱਗੇ, ਐਂ ਜਿੱਥੋਂ ਵੀ ਲੰਘਣਾ ਨਾ ਦੂਰੋਂ ਤੀਵੀਂ ਦੇਖ ਲੈਂਦਾ ਉਹਦੀ ਰਾਹ ਦੀ ਨਾ ਮਸ ਕਰੀਆਂ। ਲੰਘ ਜਾ ਫਿਰ ਮੈਂ ਕੀ ਕਰਾਉਣਾ ਤੈਥੋਂ। ਆਪਣੀ ਪਾਰਟੀ ਚ ਬੇਇੱਜ਼ਤੀ ਕਰੀ ਜਾਂਦੀ ਤੂੰ। ਤੁਰਨ ਲੱਗੂ ਫਿਰ ਓਹੋ ਇੱਕ ਦੋ ਤਿੰਨ ਓਹੋ ਲੱਸੀ ਦੇ ਚੱਕਰ ਤੂੰ ਕਿੱਡਾ ਹੋ ਜਾ ਇੱਧਰ ਨਾ ਮੈਂ ਆ ਕੇ ਇਹਨੂੰ ਕੀ ਹੋ ਗਿਆ ਨਾ ਉਧਰੋਂ ਸੀਨ ਕੱਢੀ ਤਾਂ ਮਾਂ ਚ ਵਿਚਾਲੇ ਬੈਠੇ ਦੇਖ ਓਏ ਹੋਏ ਕਹੇ ਜਾ ਦਿਮਾਗ ਹੋ ਰਿਹਾ ਮੇਰਾ ਲੱਸੀ ਦੇ ਚੱਕਰ 'ਚ ਜਿਹੜੀ ਗੱਲ ਕਰਨੀ ਦੀ ਉਹ ਤਾਂ ਭੁੱਲੇ ਗਈ ਕਰਾ ਉਹੀ ਗੱਲ ਨਹੀਂ ਮੇਰੇ ਢਿੱਡ ਨੂੰ ਫਿਰ ਆਪਣੇ ਮਾਂ ਜੂਗਾ ਵੀ ਜੱਸੇ ਵੀ ਸੁਣਦਾ ਨਹੀਂ ਉਹਦੀ ਚੰਦਰੀ ਤੀਵੀਆਂ ਉਹ ਭਾਗੀ ਮੇਰੇ ਬੰਦੇ ਮਗਰ ਇੰਨੀ ਵਾਰ ਕਿਹਾ ਵੀ ਇਹਦੇ ਮਗਰ ਨਾ ਜਾਇਆ ਕਰ ਨਾ ਜਾਇਆ ਕਰ ਫੇਰ ਮੁੜ ਗਈ ਦੇਖ ਲੈ ਤੁਸੀਂ ਆਂਢ ਗੁਆਂਢ ਸਮਝਾ ਲਓ ਉਧਰ ਆ ਜਾ ਮੰਨ ਲਓ ਉਧਰ ਆ ਕੇ ਕਰਦਾ ਮੈਂ ਚੱਲਦਾ ਤੇਰੇ ਨਾਲ ਆ ਜਾ ਦੇਖ ਲੈ ਅਸੀਂ ਤੈਨੂੰ ਕੀ ਕਹਿੰਨੇ ਉਹ ਘਰੇ ਬੜੀ ਮੈਂ ਫੇਰ ਦੱਸੂਗੀ ਇਹਦੀ ਫੇਰ ਆਉਂਦੀ ਮਗਰ ਘਰੇ ਨਹੀਂ ਬੈਠਾ ਮੈਂ ਘਰੇ ਬੜਦੀ ਹਾਂ ਮਾੜੀ ਅੱਗੇ ਹੋਵੇ ਤੇ ਸਾਨ ਨਹੀਂ ਗੰਦ ਵੀ ਕਰੀ ਉਹਨੇ ਮੇਰਾ ਸਾਰਾ ਕੱਲ ਗਿਆ ਦੇਖ ਲਾ ਕੱਲ ਗਿਆ ਇੱਕ ਰਾਤੀ ਲੱਗ ਗਿਆ ਚਾਲੀ ਬਾਬੀ ਹੋਰ ਹੀ ਲੁੱਟ ਬੋਲਣ ਲੱਗ ਗਿਆ ਬੰਦਿਆਂ ਵਾਂਗੂ ਸਿੱਧੀ ਪੰਜਾਬੀ ਭਾਸ਼ਾ ਦੀ ਗੱਲ ਕਰਦਾ ਮਾਰ ਮਾਰ ਥਾਪੜੇ ਧੂਆਂ ਕਰ ਦੂੰ ਤੇਰਾ ਉਹ ਬਾਪੂ ਮੈਂ ਕਹਿੰਦਾ ਨਾ ਬਰਾਬਰ ਦਾ ਮੇਰੇ ਤੂੰ ਮੈਂ ਹੱਥ ਚੱਕਦਾ ਚੰਗਾ ਨਹੀਂ ਲੱਗਦਾ ਪ੍ਰੀਤੋ ਨੂੰ ਕਹਿ ਕੇ ਪ੍ਰੀਤੋ ਨੂੰ ਕਹਿ ਕੇ ਬਾਪੂ ਇਹਨੂੰ ਨਾ ਤੂੰ ਧਨੌਲੇ ਲੈ ਕੇ ਜਾ ਇਹਦਾ ਦਿਮਾਗ ਚੱਕ ਕਰਾ ਕੇ ਜਾ ਸਾਲੇ ਡੰਡ ਦਾ ਇਹਦਾ ਨਸ਼ਾ ਪਤਾ ਬੜਾ ਕਰਦਾ ਜਾਂ ਨਥੇ ਪਤ ਨੇ ਦਿਮਾਗ ਚੱਕਦਾ ਛੇਤੀ ਗੱਲ ਦੱਸ ਦਿੰਦਾ ਸਾਲਾ ਕਤੇ ਜਰਦਾ ਕਤੇ ਕੀ ਕਤੇ ਇੰਨਾ ਥੋੜੂ ਕਹਿੰਦਾ ਆ ਹੁਣ ਬਾਈ ਚੱਕ ਕੇ ਲਿਆ ਹਾਂ ਕੋਲੇ ਜਵਾਕ ਖੜੇ ਤੀ ਇਹਦੇ ਤੇਰੇ ਵਾਲੇ ਵੀ ਖੜੇ ਤੀ ਮੈਂ ਬੋਲਿਆ ਨਹੀਂ ਬੀੜੀਆਂ ਦਾ ਮੰਡਲ ਤੀ ਵਿੱਚ ਆਈ ਚੱਕ ਕੇ ਉਹਨੇ ਫੜਾਤਾ ਹੁਣ ਜਦੋਂ ਉਹਨੇ ਕੁੜੀ ਨੇ ਕੱਪੜਾ ਲੀੜਾ ਧੋਤਾ ਇਹਦਾ ਮੂੰਹ ਦੇਖ ਕੇ ਕੁੱਟਦੀ ਇਹਦਾ ਮੂੰਹ ਕੁੱਟੂ ਆਹ ਓਏ ਬਾਪੂ ਜੀ ਉਹ ਚੱਜ ਦੀ ਹੁੰਦੀ ਇਹ ਇਹੋ ਜਿਹਾ ਕੁਛ ਕਰਦਾ ਉਹ ਇਹਦਾ ਕਰਦਾ ਇਹ ਜੀ ਕੋਕੋ ਜੀ ਕੋਕੋ ਦੇ ਬੱਚੇ ਤੈਨੂੰ ਸਾਰਾ ਪਤਾ ਹੁਣ ਤੇਥੋਂ ਕਿਹੜਾ ਕੁਛ ਲੁਕਿਆ ਚੱਲ ਖੜਾ ਹੋ ਇਹਦਾ ਮੋਟਰਸਾਈਕਲ ਮਾਰ ਕੇ ਚੱਲ ਖੜਾਓ ਇਹਨੂੰ ਮੈਂ ਖੇਤ ਲੈ ਜਾਣਾ ਲੈ ਜਾ ਆਹੋ ਤੂੰ ਸੌਂ ਜਾ ਏਸੀ ਲਾ ਕੇ ਚੰਗਾ ਤੂੰ ਸੌਂ ਜਾ ਪੁੱਤ ਅੱਛਾ ਸੋ ਜੋ ਹਾਂ ਸਾਡੀ ਜੁੜੀ ਖੇਤ ਸੋ ਜਾ ਰਾਜੇ ਚੱਲ ਕਰੋ ਤੂੰ ਬਾਲੀ ਜਵਾਨ ਨਾ ਉਹ ਜੇ ਲੋੜ ਪਈ ਬਾਜ਼ ਮਾਰ ਲਿਓ ਹਾਂ ਬਾਜ਼ ਮਾਰ ਲਿਓ ਜੇ ਲੋੜ ਪਈ ਮੈਂ ਹੱਟ ਜੇ ਕਰ ਲਾ ਸਿੱਧੇ ਨੀਂਦ ਖਰਾਬ ਹੋ ਜਾਈ ਨਾ ਮੈਨੂੰ ਇੱਕ ਗੱਲ ਨਹੀਂ ਪਤਾ ਲੱਗੀ ਕੀ ਗੱਲ ਨਹੀਂ ਪਤਾ ਲੱਗੀ ਦੋ ਜਾਮਣ ਦੇ ਨਗੜੇ ਤੇਰੇ ਪੁੱਤ ਰਹਿੰਦੇ ਇੱਕ ਜਾਮ ਲੰਦਾ ਮੈਨੂੰ ਕੱਲੇ ਨੂੰ ਆ ਜਾਂਦੇ ਇਹ ਤੁਹਾਨੂੰ ਖੇਤ ਜਾ ਕੇ ਦੱਸੂਗਾ ਮੈਂ
ਕਿਹਾ ਮੈਂ ਚੰਗੀ ਜਿਹੜੀ ਤਿਉਂ ਤਿਉਂ ਨਾ ਕੱਟੀ ਜਾਣੀ ਆ ਮੇਰੇ ਨੀ ਮਾਈਕ ਲੱਗਿਆ ਹੋਇਆ ਲਓ ਜੀ ਬਾਬੇ ਬਾਪੂ ਦੀ ਸੌਂ ਤੈਨੂੰ ਉਹਦੀ ਕਾਹਨੂੰ ਸੌਂ ਲਾਉਣਾ ਯਾਰ ਹੁਣ ਬਾਪੇ ਇੱਕ ਗੱਲ ਦੱਸ ਸੱਚ ਦੱਸਾਂਗੇ ਤੈਨੂੰ ਤੇਰੇ ਵੱਡੇ ਬਾਬੇ ਟਿੱਕੇ ਦੀ ਸੌ ਛੋਟੀ ਲੈ ਲੈ ਗਈ ਮੈਨੂੰ ਨਿਆਉ ਦੱਸ ਵੀ ਤੇਰੇ ਦੋ ਜਾਮੇ ਬਿਨਾਂ ਕਿਹੜਾ ਖੜੇ ਤਾਂ ਇੱਕ ਜਾਮ ਲੈਂਦਾ ਮੈਨੂੰ ਥੱਲੇ ਬੈਠੂ ਇਹਨੂੰ ਖੜਾ ਲਾ ਕਿਤੇ ਦੇਖ ਲਿਆ ਮੈਂ ਗੱਲ ਭੈਣ ਦਾ ਖਤਮ ਜਲੇਬੀਆਂ ਪਹਿਲਾਂ ਮੇਰੀਆਂ ਪਕਾਇਆ ਉੱਤੇ ਲੈ ਵੀ ਕਹਿ ਮੈਂ ਜੇਬਾਂ ਜੇਬਾਂ ਦੀ ਗੱਲ ਕਰਦੇ ਪੁੱਤੂ ਮੇਰਾ ਪੁੱਤੂ ਹੁਣ ਪਾਉਂ ਕਰ ਜਿਹੜੇ ਉਰੇ ਨਿਕਲੇ ਆਪਣਾ ਕੀ ਕਾਕਾ ਜਿੰਦੀ ਕਰੇ ਮੌਸਮ ਹਾਂ ਨਿਕਲੇ ਵੀ ਜਾਈਏ ਓਏ ਮੌਸਮ ਬੱਦਲ ਹੁੰਦੇ ਆਂਦੇ ਆ ਦੇਖ ਲਓ ਕਿੰਨੇ ਬੱਦਲ ਆ ਕੇ ਭੱਜ ਲੋ ਕਰ ਲਿਓ ਜਿੰਨੇ ਮਰਜ਼ੀ ਬੱਦਲ ਨਿਕਲ ਜੂਗਾ ਫਿਰ ਹੁਣ ਇੱਕ ਦੂਜੇ ਘਰੇ ਹੋ ਕੇ ਬੱਦਲ ਦੇਖੋ ਬੱਦਲ ਥੱਲੇ ਹੋ ਜੂਗੇ ਆ ਪਾ ਜੂ ਨਾ ਦੇ ਘਰੇ ਤੇ ਉਦੋਂ ਬਾਅਦ ਚ ਤੂੰ ਉੱਥੇ ਦੱਸਿਆ ਵੀ ਕਿੱਧਰ ਵੀ ਐਂ ਕਰਕੇ ਚੱਲ ਪਰ ਮੈਂ ਤਾਂ ਖੇਤ ਕਹਿੰਦੀ ਹੋਣਾ ਤੂੰ ਵੀ ਖੇਤ ਆ ਜੀ ਉੱਥੇ ਮਿਲਾਂਗਾ ਫਿਰ ਉੱਥੇ ਆਹ ਕੁੜੀ ਨੇ ਤੜਕੇ ਦੀ ਸਾਰੀ ਸਕ੍ਰਿਪਟ ਲੀਕ ਕਰ ਪਹਿਲੀ ਕਰ ਬੰਦ ਕਰਤਾ ਜਵਾਕ ਬੈਠਾ ਜਾ ਚੱਜ ਦੀ ਗੱਲ ਕਰਦਾ ਫੜ ਆਏ ਨੀ ਬੰਦਾ ਕੰਮ ਤਾਂ ਹੀ ਤਾਂ ਤੂੰ ਆਈ ਮੇਰੇ ਨਾਲ ਵਰਤ ਕੇ ਨੀ ਰਾਜੀ ਤੇਰੇ ਨਾਲ ਗਾਉਂ ਦੀ ਤੈਨੂੰ ਫੋਨ ਲਗਾਉਣਾ ਸੀ ਮੈਂ ਤਾਂ ਆ ਗਿਆ ਇਹਨੂੰ ਕੌਣ ਬੈਠਣ ਦਿੰਦਾ ਪਾਪੇ
ਆਹੋ ਤੂੰ ਐਂ ਕਰ ਗਾਉਂ ਦੇ ਯਾਰ ਨੇ ਗਾਉਂ ਦੇ ਅੱਛਾ ਗੱਲ ਕਰ ਲੈਣ ਦੇ ਜਵਾਬ ਕਰਨ ਦਾ ਆਇਆ ਵਿਚਾਰਾ ਹਾਲ ਚਾਲ ਪੁੱਛ ਲੈਣ ਦੇ ਨਾਨਕਿਆਂ ਦਾ ਪੁੱਛ ਲੈ ਭਾਈ ਮੈਂ ਦਬਾਇਆ ਤੀ ਫੋਨ ਮੋਦੇ ਨੂੰ ਦੱਸਣਾ ਨਹੀਂ ਚੰਗਾ ਕਿਸੇ ਨੂੰ ਚੰਗਾ ਹਾਂ ਜਾ ਪੀ ਜਾ ਪਾਣੀ ਜਾ ਕੇ ਫਿਰ ਉਹ ਕੀ ਬਣਿਆ ਚੱਲ ਰਹੀ ਹੈ ਗੱਲ ਕੱਪੜੇ ਲਿਆਂਦੇ ਮੈਂ ਹੈਂ ਕੱਪੜੇ ਦੇਖਾ ਉਹ ਦੂਜੇ ਲਿਆਂਦੇ ਕਿਹੜੇ ਹੋਏ ਸਰਵਾਲਾ ਜਲੇਬੀਆਂ ਬਹੁਤ ਔਖੇ ਹੋ ਰਹੇ ਆ ਥੋੜਾ ਵੀ ਨੀ ਚੜਿਆ ਗੱਡੀ ਖਵਾ ਦੇ ਤਾਇਆ ਉਧਰਲੇ ਸ਼ੂਟ ਤੋਂ ਆਇਆ ਇਹ ਅੱਜ ਕੱਲ ਵੱਡਾ ਕਲਾਕਾਰ ਬਣ ਗਿਆ ਇੱਕ ਸ਼ੂਟ ਤੋਂ ਆਇਆ ਦੂਜੇ ਤੇ ਇਹਦੀ ਐਂਟਰੀ ਹੈ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਟਾਈਮ ਕਿੰਨਾ ਹੋ ਗਿਆ ਪਹਿਲਾਂ ਹੀ ਦੇਖ ਬੱਬੂ ਭੈਣੇ ਪਤਾ ਨਹੀਂ ਲੱਗਿਆ ਹੈਗਾ ਅੱਜ ਤੇਰੀ ਅੱਧੀ ਪੇਮੈਂਟ ਕੱਟਣੀ ਹੈ ਮੈਂ ਦੱਸਤਾ ਜਿਵੇਂ ਮਰਜ਼ੀ ਭੈਣੇ ਜੋ ਮਰਜ਼ੀ ਤੂੰ ਹਾਈ ਪਰ ਆਇਆ ਖਾਣ ਪੀਣ ਲਿਆਂਦਾ ਮੈਂ ਚਾ ਸੀਨ ਕੱਢਣ ਤੇ ਚੁੱਪ ਕਰ ਜਾ ਤੇਰੇ ਨਾਲ ਬਾਅਦ ਚ ਸਾਰ ਲਊਗੀ ਤੇਰੇ ਨਾਲ ਵੀ ਇਹ ਟਾਈਮ ਪਹੁੰਚ ਕਰੇ ਜੂਰੀ ਆਈ ਸੀ ਉਦੋਂ ਤਾਂ ਤੂੰ ਖੇਡਦਾ ਫਿਰਦਾ ਸੀ ਮੇਰੇ ਯਾਰ ਤੈਨੂੰ ਛੁੱਟ ਹੈ ਜਦੋਂ ਪੰਜੀਰੀ ਆਈ ਗੱਪ ਵੱਡੀ ਜਿਹਨੇ ਛੁੱਟ ਹੈ ਤੈਨੂੰ ਜਦੋਂ ਮੇਰਾ ਹਜੇ ਮੇਰੀ ਪੰਜੀਰੀ ਆਈ ਹੋਣੀ ਉਦੋਂ ਤਾਂ ਤੂੰ ਭੈਣ ਦਾ ਖੇਡਦਾ ਫਿਰਦਾ ਸੀ ਕਾਹਨੂੰ ਖੇਡਦਾ ਫਿਰਦਾ ਸੀ ਤੇ ਤੂੰ ਤਾਂ ਛੋਟਾ ਮੈਂ ਔਰ ਮੇਰਾ ਬਾਪੂ ਕਹਿੰਦਾ ਹੁੰਦਾ ਸੀ ਕਹਿੰਦਾ ਪਿਆਰਾ ਤੇਥੋ ਪਤਨੀ 3 ਸਾਲ ਪਤਨੀ ਵੱਡਾ ਹੈ ਤੂੰ ਇੱਥੋਂ ਅੱਛਾ ਹਾਂ ਪੋਤਾ ਅੱਛਾ ਠੀਕ ਹੈ ਉਹ ਵਿੱਚ ਵਿਚਾਲੇ ਹੋ ਕੇ ਕਰਾ ਰਿਹਾ ਤੀ ਨਾ ਤਾਂ ਮੈਨੂੰ ਹੁਣ ਉਹਦਾ ਤਾਂ ਪਤਾ ਲੱਗਦਾ ਰਹਿੰਦਾ ਖੁੰਦਾ ਸਾਡੇ ਤਾਂ ਕੋਈ ਬਾਬਾ ਆ ਗਿਆ ਰਾਤ ਅੱਛਾ ਲਾਵਾਂ ਹੋਣਗੀਆਂ ਨਾਲ ਦੀ ਨਾਲ ਤੇਰੀ ਅਸਥੀ ਮੈਂ ਮੇਰਾ ਸਾਲਾ ਕੰਮ ਕੁਛ ਸੱਚ ਕਹਿ ਗਿਆ ਸੱਚ ਕਹਿ ਗਿਆ ਸਹੀ ਗੱਲ ਹੈ ਖਰੀਆਂ ਗੱਲਾਂ ਕਰਦਾ ਮੋਬਾਈਲ ਤਾਂ ਤੇਰੇ ਕੋਲ ਹੈਗਾ ਹਨਾ ਫੜਾ ਹੀ ਮਾੜਾ ਮੈਨੂੰ ਕਿਹੜਾ ਮੇਰਾ ਸਾਲ ਲਾਉਣ ਆਉਂਦਾ ਜਵਾਕਾਂ ਨੇ ਲੈ ਕੇ ਦਿੱਤਾ ਆ ਲੰਬਰ ਲਾਉਦਾ ਦੱਬੀ ਮਾੜੇ ਤੂੰ ਅੱਖਰ ਦੱਸਦਾ ਹਾਂ ਦੱਬ ਇਹ ਚ ਪਰਦਾ ਹਾਂ ਜਾ ਇੱਕ ਮਿੰਟ ਰੁਕ ਤੈਨੂੰ ਪਤੀ ਨੇ ਉਹੀ ਲਫੇੜਾ ਚੱਕੀ ਫਿਰਦਾ ਡਾ ਜੇ ਤੈਨੂੰ ਪਤੀ ਨਹੀਂ ਕੀ ਹੋ ਗਿਆ ਕੀ ਹੋ ਗਿਆ ਸੀ ਬਾਪੂ ਜੀ ਜਾਂ ਤੈਨੂੰ ਪਤੀ ਨੇ ਚੱਲ ਫੇੜਾ ਉਹ ਚੱਕੀ ਫਿਰਦਾ ਲਾ ਸਾ ਸਾਰੇ ਗਾ ਨਹੀਂ ਦਵਾ ਤੂੰ ਹੈਗਾ ਸਾ ਠੀਕ ਰਾ ਨਹੀਂ ਵਧੀਆ ਕੁਛ ਨਹੀਂ ਹੁੰਦਾ।
ਬਾਪੂ ਜੀ ਤੁਹਾਨੂੰ ਸ਼ੌਂਕ ਹੈ ਫਿਲਮਾਂ ਕਰਨ ਦਾ ਹੈ? ਸ਼ੌਂਕ ਹੈ? ਬਾਪੂ ਜੀ ਗੇੜਾ ਹੀ ਕੱਢ ਕੇ ਵਿਚਾਰੇ ਫੇਰ ਆ ਗਏ। ਇਹ ਸੱਚੀ ਦੱਸਦੇ ਜੋਬ ਪਰ ਯਾਰ ਸੀ ਸੱਚੇ ਨੀ ਚੱਲਿਆ? ਕੀ ਰੌਲਾ ਆ ਅੱਜ? ਅੱਜ ਕਿਹਦਾ ਸ਼ਕਲ ਦੇਖੀ? ਕਿਹਦੇ ਕਿਹਦੀ ਦੇਖੀ? ਮੈਂ ਤਾਂ ਕਿਸੇ ਦੀ ਵੀ ਨਹੀਂ ਦੇਖਦੀ, ਮੇਰੇ ਤਾਂ ਘਰੇ ਮੈਂ ਕੱਢੀ ਹੂੰ ਆ। ਤਾਂ ਹੀ ਤਾਂ ਕਹਿੰਦੀ ਆ ਝੂਠ ਬੋਲਦੀ ਹੈ, ਬਹੁਤ ਖਰਾਬ ਆ ਇਹਨੇ ਜਾਣ ਕੇ ਕਿਹਾ। ਨਹੀਂ ਨਹੀਂ ਤੂੰ ਤਾਂ ਹੈ ਦੇਖ, ਤੂੰ ਤਾਂ ਆਪ ਸੜੀਆਂ ਹੋਈਆਂ ਲੱਗ ਗਿਆ ਗੱਲਾਂ ਕਰਨ, ਫਾਇਦਾ ਹੈ ਕਰਨਾ? ਮੈਂ ਦੱਸੋ ਤਿੰਨ ਚਾਰ ਸਾਲ ਛੋਟੀ ਹਾਂ, ਵੱਡਾ ਨਹੀਂ ਹਾਂ। ਛੋਟਾ ਨਾ ਕੁਛ ਹੋਰ ਆ, ਉਹੀ ਤਾਂ ਗੱਲ ਹੈ। ਇਹ ਤਾਂ ਟੀਵੀ ਆ ਹੁਣ ਸਿਆਣੇ ਮੈਂ। ਪਾਪੂ ਤੂੰ ਟੈਨਸ਼ਨ ਨਾ ਲੈ, ਤੇਰੀ ਵੀਡੀਓ ਮੈਂ ਬਣਾ ਰਹੀ ਹਾਂ। ਸੁੱਕੇ ਦੇ ਬਟਨ ਵੀ ਨਹੀਂ ਲਾ ਰਹੀ। ਹਾਂ ਵਿੱਚ ਪਾ ਦਿਓ, ਤੂੰ ਕਹਿਣਾ ਕਿ ਲਿਆ ਨਾ ਕਰ। ਲਓ ਜੀ ਟੱਬਰ ਬਿਨਾ ਕੌਣ ਪੁੱਛਦਾ ਹੈ। ਅੱਛਾ ਕੌਣ? ਬੜਾ ਦੁਖੀ ਲੱਗਦਾ ਬਾਪੂ ਤਾਂ। ਐ ਬਾਪੂ ਬਹੁਤ ਦੁਖੀ ਲੱਗਦਾ ਹੈ। ਕੱਲੇ ਜਾ ਕੇ ਮੈਂ ਕੀ ਕਰ ਰਿਹਾ ਹਾਂ? ਇੱਥੇ ਜਾ ਕੇ ਪਿੱਛੇ ਹੋ। ਹਾਂ ਇਹ ਨੂੰ ਨਾ। ਹਾਂ ਹਾਂ ਜਦੋਂ ਪਿੱਛੇ ਹੋ ਨਹੀਂ ਹੋ। ਚੱਲ ਕੋਈ ਨਹੀਂ। ਓ ਨਾ ਨਾ ਐ ਸਿਵੇਂ ਦੇ ਬੌੜਿਆ ਜੀ ਕੀ ਉਮਰ ਸਾਹਿਬ ਦਾ? ਦੇਖੋ 2 ਸਾਲ ਛੋਟਾ ਮੈਂ। 2 ਸਾਲ ਬੜਾ ਕਿਹਾ, 2 ਸਾਲ ਕਿਹਾ ਬੜਾ ਕਿਹਾ। ਹੋਰ ਹੁਣ ਇਹ ਤਾਂ ਹੁਣ ਆਏ ਆ ਵੀ ਬਾਪੂ ਨੂੰ ਨਾ ਸ਼ੌਂਕ ਆ ਕੈਮਰੇ ਚੋਣ ਦਾ। ਹੁਣ ਉਹ ਬਾਪੂ ਉਹ ਐਂਗਲ ਜੀ ਖੋਲ ਕੇ ਇੱਧਰ ਦੀ ਆ ਗਿਆ। ਬਾਪੂ ਨੂੰ ਇਹ ਆ ਵੀ ਮੇਰੀ ਵੀਡੀਓ ਬਣੇ ਤਾਂ ਮੈਂ ਵਿੱਚ ਆਵਾਂ। ਉਹਦੇ ਉਹਨੂੰ ਬਾਰ ਬਾਰ ਕਹੀ ਜਾਂਦੇ ਆ ਪਰ ਬਾਪੂ ਨਹੀਂ ਸੁਣਦਾ। ਬਾਪੂ ਨੂੰ ਸ਼ੌਂਕ ਹੈ। ਪਤਾ ਕੀ ਹੁੰਦਾ, ਕਈ ਉਮਰਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਉਦੋਂ ਸ਼ੌਂਕ ਪਗਾ ਨਹੀਂ ਹੁੰਦੇ, ਹੈ ਨਾ? ਅਤੇ ਆਹ ਉਮਰੇ ਸ਼ੌਂਕ ਵੀ ਪਗਾ ਹੋ ਜਾਂਦੇ ਆ। ਬਾਪੂ ਨੂੰ ਸ਼ੌਂਕ ਆ, ਬਾਪੂ ਚੰਗਾ ਅਖਬਾਰ ਖਬੂਰ ਪੜ੍ਹਦਾ ਆ। ਕੀ ਹੋ ਗਿਆ ਦੱਸਤਾ ਸਹੀ? ਬਸ ਇੱਕ ਦੁੱਖ ਹੋਵੇ ਕਹਿੰਦਾ ਤਾਂ ਦੱਸੀਏ, ਮੇਰੇ ਸਾਲਕੜੇ ਦੀ ਢੀਂਡੇ ਪੈ ਗਈ। ਕਿਆ ਕੀ ਹੋ ਗਿਆ ਦੱਸਤਾ ਸੀ ਮੇਰੇ ਯਾਰ? ਐਂ ਕਿਉਂ ਮਰ ਜਾਟਾ ਆ? ਦੱਸਣਾ ਤਾਂ ਹੁਣ ਗੱਲ ਵੀ ਚੱਲ, ਤੂੰ ਤਾਂ ਆਪਣਾ ਨਾਲ ਪੜ੍ਹਦਾ ਰਿਹਾ, ਚੱਲ ਕਲਾਸਮੇਟ ਵੀ ਸੀ ਆਪਾਂ ਤਾਂ। ਹਾਂ ਵੀ ਗੁਆਂਢੀ ਵੀ ਹੈ, ਭਾਈ ਵੀ ਹੈ, ਤਾਏ ਦਾ ਮੁੰਡਾ ਵੀ ਹੈ ਵੀਰੇ, ਚੱਲ ਰਹੀ ਸੀ ਮਕਲਾ ਵੀ ਤੇਰੇ। ਹਜੇ ਤਾਂ ਤੜਾਗੀ ਨਹੀਂ ਟੁੱਟੀ ਤੇਰੀ, ਹਜੇ ਖਾਣੂ ਉਮਰਾਂ ਹੋਈਆਂ ਨੇ, ਸ਼ਰਮ ਕਰ ਲਾ ਚੌਰ ਦਾੜੀਆ। ਸਾਲਾ ਬਸਰਮ ਕਰਦਾ, ਐਂ ਨਹੀਂ ਗੱਲ, ਤੈਨੂੰ ਪਤਾ ਤੇਰੀ ਭਰਜਾਈ ਉਦੋਂ ਵਾਹਿਗੁਰੂ ਨੂੰ ਸਮਝ ਲੈ ਪਿਆਰੀ ਹੋ। ਹਾਂ ਉਦੋਂ ਮੁੜ ਕੇ ਫਿਰ ਵੀ ਐਂ ਸਭ ਲਾਇਆ ਵੀ ਹਜੇ ਤਾਂ ਸਮਝ ਲੈ ਅੱਧੀ ਉਮਰ ਪਈ ਆ। ਅੱਛਾ ਅੱਧੀ, ਫਿਰ ਹੁਣ ਇਹਦਾ ਮੈਂ ਕਹਿੰਦਾ ਜੇ ਤੈਨੂੰ ਤੂੰ 2-4 ਹਫ਼ਤੇ ਰੁਕੇ ਮੈਂ ਕਹਿੰਦਾ ਸਿਵਿਆਂ ਦੇ ਰਾਹ ਪਈ ਲੈ ਤੂੰ ਤਾਂ ਨਾ ਕੰਮ ਅਖਬਾਰ। ਬਾਪੂ ਜੀ ਕੋਲੇ ਅਖਬਾਰ ਤਾਂ ਹੈਗਾ? ਬਾਪੂ ਜੀ ਤੁਹਾਡੇ ਕੋਲੇ ਅਖਬਾਰ ਲੈ ਨੰਬਰ ਲਿਖਿਆ ਬੁੜੇ ਸਾਡੇ।
ਕੋਈ ਨੀ ਬਣਦਾ ਇਸ ਦੁਨੀਆਂ ਤੇ ਤੂੰ ਹਰੇਕ ਦੀ ਬਣ ਜਾਨੀ ਆ। ਸਹੀ ਗੱਲ ਹੈ ਬਾਬਾ ਜੀ, ਮੇਰੇ ਕੋਈ ਨੀ ਬਣਦਾ, ਲਿਹਾਜ਼ ਤੋੜ ਜਾਂਦੇ ਨੇ ਸਾਰੇ, ਪਤਾ ਨੀ ਕਿਉਂ ਐਂ ਕਰਦੇ। ਬਾਬਾ ਜੀ ਦੱਸ ਤਾਂ ਜਾਂਦੇ, ਬਾਕੀ ਉਹ ਗੱਲ ਵੀ ਦੱਸੀ ਹੈਗੀ ਇਹੀ ਜੀ। ਕੀ ਗੱਲ ਹੋ ਗਈ, ਅੱਗ ਲਾਉਣਾ ਕਿਤੋਂ ਨੀ ਭੇਤ ਛੇਤ ਮਿਲ ਰਿਹਾ ਹੈਗਾ, ਕੀ ਕਰਾਂ ਮੈਂ। ਹਾਏ ਹਾਏ, ਢਿੱਡ ਨੂੰ ਉਕੜੇ ਮਾਉਣਾ ਸ਼ੁਰੂ ਹੋ ਗਿਆ, ਹੁਣ ਤਾਂ ਨੀ ਮੈਂ ਘਰੇ ਜਾਂਦੀ, ਪਤਾ ਲਾ ਕੇ ਜਾਊਂਗੀ। ਚੱਲ ਦੇਖਦੀ ਹਾਂ ਜੀ ਕਿਸੇ ਪਾਸਿਓ ਸੂਭ ਹੋਊਂਗੀ। ਜਾਮਣ ਚੱਕ ਲਈ ਚਾਹ ਪੀ ਹੋਈ। ਬਾਬਾ ਜੀ ਜੇ ਇਧਰ ਸੁਣੋ, ਦੇਖੋ ਸਾਡਾ ਬੁੜਾ ਹੈਗਾ ਨਰਮ, ਠੀਕ ਹੈ, ਤੇ ਜੇ ਕਿਤੇ ਤੁਸੀਂ ਸਾਡੇ ਬੁੜੇ ਨੂੰ ਮਗਰ ਲਾ ਕੇ ਉਹਦਾ ਵਿਆਹ ਕਰਾ ਤਾ ਤਾਂ ਫੇਰ ਤੁਸੀਂ ਹਿਸਾਬ ਲਾ ਲਿਓ, ਠੀਕ ਹੈ। ਵਿਆਹ ਤਾਂ ਪਹਿਲਾਂ ਵੀ ਹੋਇਆ ਸੀ, ਵਿਆਹ ਹੁਣ ਵੀ ਹੋਊ। ਪਹਿਲਾਂ ਨੀ, ਪਹਿਲਾਂ ਵਾਲੀ ਤਾਂ ਚੱਲ ਰੱਬ ਨੂੰ ਪਿਆਰੀ ਹੋ ਗਈ, ਕੋਈ ਗੱਲ ਨੀ, ਹੁਣ ਉਹਦੀ ਉਮਰ ਨੀ ਹੈਗੀ ਵਿਆਹ ਕਰਾਉਣ ਦੀ। ਪਿਆਰੀ ਸੀ ਤਈ ਤਾਂ ਰੱਬ ਪਿਆਰ ਕਰਦਾ ਹੀ ਲੈ ਗਿਆ, ਲੈ ਗਿਆ। ਚੱਲ ਕੋਈ ਨੀ, ਐ ਸਾਡੇ ਜਵਾਕਾਂ ਦੀ ਮਿੱਟੀ ਪਲੀਦ ਹੋ ਜੂਗੀ ਜੇ ਐਸੇ ਉਮਰ ਸਾਡੇ ਬਾਪੂ ਨੇ ਹੁਣ ਵਿਆਹ ਕਰਾ ਲਿਆ। ਤੁਸੀਂ ਕਰਾ ਲਿਆ, ਬਾਪੂ ਨੀ ਕਰਾਊਗਾ। ਓਹੋ, ਸਾਡੇ ਤਾਂ ਉਮਰ ਨਿਆਣੀ ਐ, ਬਾਪੂ ਦੀ ਵੀ ਨਿਆਣੀ ਐ, ਤੌਲੇ ਚਾਰ ਪੱਟ ਦਾਂਗੇ ਉਹਦੇ। ਬਾਪੂ ਦੀ ਉਮਰ ਨਿਆਣੀ ਨੀ ਹੈਗੀ ਅਜੇ, ਹੋਰ ਬਾਪੂ ਦਾ ਸਿਆਣਾ ਬੰਦਾ ਸਾਡਾ, ਉਹਨੂੰ ਜੜੀ ਬੂਟੀਆਂ ਦੇ ਕੇ ਆਸ਼ੀਰਵਾਦ ਦੇ ਕੇ ਨਿਆਣਾ ਕਰ। ਕਾਲੇ ਦੇ ਬਾਪੂ ਦੇ ਬਾਪੂ ਦੇ ਵਾਲ ਜਮਾ ਕਾਲੇ ਆ, ਕਹਿੰਦਾ ਬਾਪੂ ਨੇ ਚਿੱਟੀ ਕਰੀਏ, ਬਾਪੂ ਦਾ ਤਾਂ ਕਹਿੰਦਾ ਅਜੇ ਕਾਲੇ ਨੇ ਕੇ। ਚਲੋ ਮੇਰੀ ਗੱਲ ਸੁਣ ਲੈ, ਤੈਨੂੰ ਬੰਦੇ ਤੋਂ ਨਾ ਬੂ ਬਣਾ ਬਣਾਤਾ, ਹੁਣ ਮੈਂ ਕੰਮ ਸਾਰੇ ਆਪਣਾ ਬਹੁਤ ਚੱਲੂ ਇਹ ਪਿੰਡ, ਨਾ ਤੂੰ ਸਾਧ ਸੀ ਨਾ ਤੂੰ ਸੰਤ ਸੀ, ਹੁਣ ਚੰਗਾ ਜਿਹਾ ਲੱਭਦਿਆਂ ਪਿੰਡ ਅਤੇ ਪਿੱਛੇ ਤੇਰੇ ਠੋਕ ਦਾਂਗੇ 2000-2008 ਫਲਾਣਾ ਬਾਬਾ, ਅਤੇ ਕੰਮ ਚੱਲੂ ਤੇ ਤੇਰੀ ਦਿਲ ਲੈ ਕੇ। ਆਹੀ ਕੰਮ ਰਹਿ ਗਏ ਦੇਖ ਲਓ ਜੀ, ਬੰਦਿਆਂ ਵਾਲੇ ਕੰਮ ਕਰੋ ਬਾਬਾ ਜੀ, ਬੰਦਿਆਂ ਵਾਲੇ, ਠੀਕ ਆ। ਤੁਹਾਡੇ ਕੋਲ ਗਾਹਕ ਭੇਜਿਆ ਕਰੂ ਮੈਂ, ਪਰ ਮੈਂ ਕਮਿਸ਼ਨ ਲਿਆ ਕਰੂੰਗੀ 10% ਤੇਰਾ। 10% ਕੋਈ ਨੀਗਾ, ਤੀਵੀਂ ਮਗਰ ਲਾ ਕੇ ਭੇਜਣੀ ਬਹੁਤ ਔਖੀ ਆ ਵਧਣ। ਮੈਂ ਸੁਣਿਆ ਤੇ ਤੂੰ ਤੀਵੀਂ ਭੇਜ ਸਹੀ ਬਾਬੇ, ਆਪ ਹੀ ਗੈ ਲਾ ਲੈਣਗੇ। ਬੜਾ ਸੋਹਣਾ MH1 ਤੇ ਦੇਖੀ ਤੀ ਇਹ। ਹਾਂਜੀ, ਫਿਰ ਐਦਾਂ ਕਰਿਆ ਕਰਾਂਗੇ ਆਪਾਂ, ਜਿੱਥੇ ਬਾਬੇ ਪਹੁੰਚਿਆ ਕਰਨਗੇ ਤੇ ਪਹਿਲਾਂ ਬੀਬੀ ਦਾ ਖਾੜਾ ਲਵਾ ਦਿਆ ਕਰਾਂਗੇ। ਬਿਲਕੁਲ, ਤੇ ਹੁਣ ਪੁੱਛੋ ਬਾਬਾ ਇੱਕ ਕੰਮ ਕਰ ਲਿਆ ਕਰਾਂਗੇ, ਮੈਂ ਤੇਰੇ ਕੋਲ ਗਾਹਕ ਭੇਜਿਆ ਕਰੂ ਜਿਨ੍ਹਾਂ ਦੇ ਜਵਾਕਾਂ ਦੇ ਵਿਆਹ ਨਹੀਂ ਹੁੰਦੇ, ਤੂੰ ਮੇਰਾ ਖਾੜਾ ਬੁੱਕ ਕਰਾ ਦਿਆ ਕਰੀ ਬਸ। ਖਾੜੇ 'ਚੋਂ ਕਿੰਨੇ ਪਰਸੈਂਟ ਦਿਆ ਕਰੇਂਗੇ? ਉਹ ਜਿੰਨੇ ਕੁ ਪਰਸੈਂਟ ਤੂੰ ਮੈਨੂੰ ਦੇਹੇਗਾ ਉਸ ਹਿਸਾਬ ਨਾਲ ਕਿੰਨੇ ਕਰੀਏ ਬੰਦਾ ਕੰਮ ਦਾ ਲੱਗਦਾ। ਹਾਂ ਇਹ ਜੇ ਅੱਖ ਦੱਸਦੀ ਹੈ ਵੀ, ਹਾਂ ਬਸ ਪਰਸੈਂਟੇਜ ਮੰਨ ਲਿਓ ਦਿਆ ਕਰਾਂਗੇ ਤੇ ਬਾਗਰਾਂ ਨੇ ਤੇਰੇ ਵੀ ਢੋਲ ਵਜਾ ਲਿਆ ਕਰਾਂਗੇ, ਢੋਲ ਵਰਗਾ ਤਾਂ ਪਿਆ। ਚਲਾ ਗਏ ਬਾਪੂ ਜੀ ਤਿਆਰ ਹੋ ਕੇ ਆ ਗਏ, ਬੰਦੇ 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 ਬਾਪੂ ਜਵਾਨ ਆ, ਹਜੇ ਤਾਂ ਸਾਡੇ ਬਾਪੂ ਦਾ ਵਿਆਹ ਨਹੀਂ ਹੋਇਆ, ਵੈਸੇ ਅਜੀਜ਼ ਨਾਲ ਰੀਜਨਲ ਉਮਰ ਦੀ ਗੱਲ ਕਰਿਓ।
ਹਜੇ ਤਾਂ ਸਾਡੇ ਬਾਪੂ ਦਾ ਵਿਆਹ ਹੋਣਾ ਤਾਂ ਰੋਲ ਨਿਭਾ ਰਿਹਾ ਬਾਪੂ ਦਾ। ਮੈਂ ਕਿਹਾ ਚੱਲ ਮੈਂ ਫਨੀ ਫਨੀ ਬਲੌਗ ਬਣਾ ਲਾ ਅੱਜ। ਹੋਰ ਲੈ ਬਾਪੂ ਫਿਰ, ਬਾਪੂ ਜੇ ਤੂੰ ਸੱਚੀ ਵਿੱਚ ਹੀ ਵਿਆਹ ਕਰਾਇਆ ਨਾ ਸਾਨੂੰ ਬੁਲਾ ਲਈ ਚੰਗਾ। ਹਜੇ ਸਾਡੇ ਮੁੰਡੇ ਵਾਸਤੇ ਅਸੀਂ ਸੋਹਣੀ ਜਿਹੀ ਕੁੜੀ ਦੇਖਣੀ ਆ, ਫਿਰ ਅਸੀਂ ਵਿਆਹ ਕਰਾਉਣਾ ਇਹਦਾ। ਘੈਂਟ ਘੈਂਟ ਤੇ ਦੇਖੀ ਕਲਾਕਾਰ ਹੀ ਕਲਾਕਾਰ ਕਰ ਦੇਣੇ। ਦੇਖ ਲਈ ਦੇਣੀ ਨਹੀਂ ਕੁੜੀ ਕਿਸੇ ਨੇ। ਲੈ ਤੇਰੇ ਵਰਗੇ ਮੁੰਡੇ ਨੂੰ ਕੁੜੀ ਕਿੰਨੇ ਦੇਣੀ? ਜਾ ਵੇ ਭਰਾ, ਇੰਨਾ ਸੋਹਣਾ ਸੁਨੱਖਾ ਤੂੰ, ਇੰਨਾ ਕੰਮ ਕਾਰ ਵਾਲਾ, ਸਭ ਤੋਂ ਵੱਡੀ ਗੱਲ ਕੋਈ ਨਸ਼ਾ ਨਹੀਂ, ਠੀਕ ਆ ਨਾ? ਚੱਲ ਹੈ ਬਾਬੇ ਤੇ ਲੱਗ ਜੇ। ਹਾਂ ਰੋਮ ਰੋਮ ਵਿੱਚ ਵਾਸ ਸੱਜਣ ਦਾ, ਵਾਸ ਸੱਜਣ ਦਾ ਤੇ ਡਾਡਾ ਏ ਤਰਵਾਸ ਸੱਜਣ ਦਾ। ਹਾਂ ਤੁਰ ਪਈਆਂ ਹੁਣ ਯਾਰ ਦੇ ਘਰ ਨੂੰ, ਯਾਰ ਤਾਂ ਤੇਰਾ ਗੁਲ ਖਰੋਂਦਾ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ। ਹਾਏ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ, ਹਾਏ ਦੁਨੀਆ ਪਈ ਖਸਮਾਂ ਨੂੰ ਖਾਵੇ, ਹਾਏ ਮਸਤੀ ਮੈਂ ਫਿਰਦੀ, ਹਾਏ ਮੇਰਾ ਤੁਣਕਾ ਯਾਰ ਬਜਾਵੇ ਤੇ ਮਸਤੀ ਮੈਂ ਫਿਰਦੀ। ਓਵੇਂ ਲੱਗ ਜਾ, ਆ ਜਾ ਬਾਬਾ, ਆ ਜਾ ਬਾਬਾ। ਪ੍ਰਾਣੀ ਲਿਹਾਜ ਉਹ ਵੀ ਦਿਲ ਯਾਦ ਕਰ ਲੈ ਜਦੋਂ ਖੌਫਲੇ ਪਵਾ ਕੇ ਘਰੋਂ ਕੱਢਿਆ ਤੀ, ਲਾ ਲਈ ਨਾ ਕਿਤੇ ਤਲੀ ਜੱਟੀ ਕੁੱਟ ਕੁੱਟ ਮੂੰਹ ਦੂਜੇ ਪਾਸੇ ਲਾ ਦੂੰ। ਜਿਨ੍ਹਾਂ ਨੇ ਪੁਣ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਜੋੜੀਆਂ ਸਾਡਾ ਸੋਹਣਾ ਕਾਕਾ ਆ ਗਿਆ ਇਹਨਾਂ ਦੇ ਘਰੇ, ਆਪਾਂ ਸ਼ੂਟ ਕਰਦੇ ਹੁੰਦੇ। ਤੈਨੂੰ ਆਹੀ ਕੰਮ ਸਾਰਾ ਦਿਨ ਕੌੜੇ ਕੱਚ ਦੀ ਤੁਰੀ ਪੈਂਦੀਆਂ, ਓਏ ਸੱਤ ਮਾਂ ਘਾਟਾ ਡੈਣ ਵੀ ਛੱਡ ਦਿੰਦਾ ਡੈਣ। ਕਿਹੜੇ ਪਿੰਡ ਨੀ ਹੋ ਗਿਆ? ਬੜੀ ਦੂਰ ਤੁਸੀਂ ਕਰ ਲੋ ਯਾਰ ਕਿਆ ਕਿਹਾ? ਕੀ ਕਹਿੰਦੇ ਆ ਯਾਰ?